ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ, ਤੁਹਾਡਾ ਸਫਲ ਕਿਸਾਨ ਚੈਨਲ 'ਤੇ ਸਵਾਗਤ ਹੈ। ਅੱਜ ਆਪਾਂ ਇਸ ਵੀਡੀਓ ਵਿੱਚ ਜਾਣਦੇ ਹਾਂ ਕਿ ਤੇਲੇ ਅਤੇ ਗੁਲਾਬੀ ਸੁੰਡੀ ਨੂੰ ਕਿਵੇਂ ਕਾਬੂ ਕੀਤਾ ਜਾਵੇ ਤਾਂ ਜੋ ਕਣਕ ਵਿੱਚੋਂ ਆਪਾਂ ਵਧੀਆ ਝਾੜ ਲੈ ਸਕੀਏ, ਅਤੇ ਜਾਣਦੇ ਹਾਂ ਕੁਛ ਮਿੱਤਰ ਕੀੜਿਆਂ ਬਾਰੇ ਜੋ ਤੇਲੇ ਨੂੰ ਖਤਮ ਕਰਦੇ ਹਨ। ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਵਾਲਾ ਬਟਨ ਦੱਬ ਲਓ ਤਾਂ ਜੋ ਆਉਂਦੀ ਜਾਣਕਾਰੀ ਤੁਹਾਡੇ ਤੱਕ ਆਪਣੇ ਆਪ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੇਲੇ ਦੀ, ਜੋ ਹੁਣ ਸਮਾਂ ਚੱਲ ਰਿਹਾ ਇਸ ਸਮੇਂ ਤੇਲੇ ਦਾ ਕਣਕ ਉੱਤੇ ਅਟੈਕ ਹੁੰਦਾ। ਜਦੋਂ ਟੈਂਪਰੇਚਰ ਵਧਣ ਲੱਗ ਜਾਂਦਾ ਇਹ ਸਮਾਂ ਤੇਲੇ ਦੇ ਅਟੈਕ ਲਈ ਸਹੀ ਹੁੰਦਾ। ਕਣਕ ਉੱਤੇ ਤੇਲਾ ਹਮੇਸ਼ਾ ਖੇਤ ਦੇ ਬਾਹਰ ਤੋਂ ਅੰਦਰ ਨੂੰ ਫੈਲਦਾ, ਇਸ ਲਈ ਇਸ ਤੋਂ ਬਚਣ ਲਈ ਥਾਇਆ ਮਿਥੋਕਸਮ 25% ਦੀ ਸਪਰੇਅ ਤੁਸੀਂ ਖੇਤ ਦੇ ਚਾਰੇ ਪਾਸੇ ਸਾਈਡਾਂ 'ਤੇ ਕਰ ਸਕਦੇ ਹੋ। ਅਗਰ ਤੇਲੇ ਦਾ ਅਟੈਕ ਹੋ ਜਾਂਦਾ ਹੈ ਤਾਂ ਤੁਸੀਂ ਇਸ ਦੀ ਸਪਰੇਅ ਸਾਰੇ ਖੇਤ ਵਿੱਚ 20 ਗ੍ਰਾਮ ਪ੍ਰਤੀ ਏਕੜ ਕਰ ਸਕਦੇ ਹੋ। ਇਹ ਜੋ ਫਾਰਮੂਲਾ ਹੈ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ। ਆਮ ਤੌਰ 'ਤੇ ਜਿਹੜਾ ਇਨਸੈਕਟੀਸਾਈਡ ਵਰਤਿਆ ਜਾਂਦਾ ਹੈ ਉਹ ਹੈ ਸਜੈਂਟਾ ਦਾ 18। ਹੁਣ ਗੱਲ ਕਰਦੇ ਹਾਂ ਗੁਲਾਬੀ ਸੁੰਡੀ ਦੀ। ਇਸ ਦਾ ਹਮਲਾ ਕਣਕ ਵਿੱਚ ਪਹਿਲਾਂ ਵਾਲੀ ਸਟੇਜ 'ਤੇ ਹੁੰਦਾ ਹੈ, ਲੇਕਿਨ ਕਈ ਵਾਰ ਇਸ ਦਾ ਹਮਲਾ ਲੇਟ ਵੀ ਹੋ ਸਕਦਾ ਹੈ। ਇਹ ਸੁੰਡੀ ਕਣਕ ਦੇ ਤਣੇ ਅਤੇ ਪੱਤੇ ਨੂੰ ਖਾਂਦੀ ਹੈ, ਜਿਸ ਕਾਰਨ ਕਣਕ ਦੇ ਝਾੜ ਉੱਤੇ ਬਹੁਤ ਅਸਰ ਪੈਂਦਾ ਹੈ। ਇਸ ਨੂੰ ਕੰਟਰੋਲ ਕਰਨ ਲਈ ਤੁਸੀਂ ਕੁਇਨਲ ਫੋਸ 25% ਈਸੀ ਸਪਰੇਅ ਕਰਨੀ ਹੈ, ਜਿਸ ਦੀ ਮਾਤਰਾ 800 ml ਪ੍ਰਤੀ ਏਕੜ ਰੱਖਣੀ ਹੈ। ਇਹ ਵੀ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ। ਜਿਹੜੇ ਕਿਸਾਨ ਵੀਰਾਂ ਨੂੰ ਜ਼ਿਆਦਾ ਫਾਰਮੂਲਿਆਂ ਦਾ ਨਹੀਂ ਪਤਾ ਉਹ ਸਿਜੈਂਟਾ ਦਾ 1 ਲਕਸ ਕਹਿ ਕੇ ਲੈ ਸਕਦੇ ਹਨ। ਹੁਣ ਗੱਲ ਕਰਦੇ ਹਾਂ ਕਿਸਾਨ ਵੀਰੋ ਮਿੱਤਰ ਕੀੜਿਆਂ ਬਾਰੇ। ਹਾਂਜੀ ਕਿਸਾਨ ਵੀਰੋ, ਤੁਸੀਂ ਬਿਲਕੁਲ ਸਹੀ ਸੁਣਿਆ, ਕੁਛ ਅਜਿਹੇ ਕੀੜੇ ਹੁੰਦੇ ਹਨ ਜੋ ਕਿਸਾਨ ਦੇ ਮਿੱਤਰ ਹੁੰਦੇ ਹਨ ਅਤੇ ਤੇਲੇ ਚੇਪੇ ਨੂੰ ਖਾਂਦੇ ਹਨ। ਆਹ ਜੋ ਤੁਸੀਂ ਭੁੰਡੀ ਦੇਖ ਰਹੇ ਹੋ ਇਸ ਦਾ ਨਾਮ ਲੇਡੀ ਬੱਗ ਹੈ। ਇਹ ਅਤੇ ਇਸ ਦੇ ਬੱਚੇ ਤੇਲੇ ਚੇਪੇ ਨੂੰ ਖਾਂਦੇ ਹਨ। ਇਹ ਜੋ ਕਾਲੀ ਸੁੰਡੀ ਹੈ ਇਹ ਇਸ ਦੇ ਬੱਚੇ ਹਨ। ਕਿਸਾਨ ਵੀਰੋ ਇਹ ਕਾਲੀ ਸੁੰਡੀ ਨੂੰ ਦੇਖ ਕੇ ਕਦੇ ਵੀ ਘਬਰਾਉਣਾ ਨਹੀਂ, ਇਹ ਲੇਡੀ ਬੱਗ ਦੇ ਹੀ ਜਵਾਕ ਹਨ ਜੋ ਬੜੇ ਹੋ ਕੇ ਲੇਡੀ ਬੱਗ ਹੀ ਬਣਦੇ ਹਨ। ਇੱਕ ਹੋਰ ਸੁੰਡੀ ਹੈ ਲੇਸ ਵਿੰਗ ਕੈਟਰਪਿਲਰ। ਆਹ ਜੋ ਤੁਸੀਂ ਸੁੰਡੀ ਦੇਖ ਰਹੇ ਹੋ ਇਹ ਵੀ ਕਿਸਾਨਾਂ ਦੀ ਮਿੱਤਰ ਹੈ, ਕਦੇ ਵੀ ਇਹ ਸੁੰਡੀ ਨੂੰ ਦੇਖ ਕੇ ਘਬਰਾਉਣਾ ਨਹੀਂ। ਇਹ ਵੀ ਬੜੀ ਹੋ ਕੇ ਲੇਸ ਵਿੰਗ ਬਣਦੀ ਹੈ ਜੋ ਕਿ ਕਿਸਾਨਾਂ ਦੀ ਮਿੱਤਰ ਹੈ। ਹੁਣ ਗੱਲ ਆਉਂਦੀ ਹੈ ਕਿ ਇਹਨਾਂ ਦੀ ਪਹਿਚਾਣ ਕਿਵੇਂ ਕਰਨੀ ਹੈ, ਲੇਡੀ ਬੱਗ ਸੁੰਡੀ ਅਤੇ ਲੇਸ ਵਿੰਗ ਸੁੰਡੀ ਦੀ। ਦੇਖੋ ਜੀ ਇਹਨਾਂ ਦੇ ਲੱਤਾਂ ਹੁੰਦੀਆਂ ਹਨ, ਇਸ ਕਰਕੇ ਇਹਨਾਂ ਦੀ ਪਹਿਚਾਣ ਗੁਲਾਬੀ ਸੁੰਡੀ ਤੋਂ ਅਲੱਗ ਹੋ ਜਾਂਦੀ ਹੈ। ਜੋ ਕਾਲੀ ਸੁੰਡੀ ਹੈ ਇਸ ਦੀਆਂ ਲੱਤਾਂ ਬੜੀਆਂ ਹੁੰਦੀਆਂ ਹਨ ਜੋ ਸਰੇਆਮ ਹੀ ਦਿਖਦੀਆਂ ਹਨ, ਅਤੇ ਲੇਸ ਵਿੰਗ ਸੁੰਡੀ ਦੀਆਂ ਵੀ ਲੱਤਾਂ ਧਿਆਨ ਨਾਲ ਦੇਖੇ 'ਤੇ ਦਿਖ ਜਾਂਦੀਆਂ ਹਨ। ਤਾਂ ਕਿਸਾਨ ਵੀਰੋ ਕਦੇ ਵੀ ਇਹਨਾਂ ਨੂੰ ਆਪਣਾ ਦੁਸ਼ਮਣ ਨਹੀਂ ਸਮਝਣਾ। ਇੱਕ ਗੱਲ ਹੋਰ ਕਿਸਾਨ ਵੀਰੋ ਕਿ ਕਦੇ ਵੀ ਕਲੋਰੋਪੈਰੀਫੋਸ, ਮੋਨੋਕਲੋਰੋਫੋਸ, ਥਿਮਟ, ਫੈਨਬਲਰੇਟ, ਪਧਾਨ, ਫਟੇਰਾ ਦੀਆਂ ਸਪਰੇਹਾਂ ਕਦੇ ਵੀ ਕਣਕ 'ਤੇ ਨਹੀਂ ਕਰਨੀਆਂ, ਕਿਉਂਕਿ ਇਹ ਇੱਕ ਤਰ੍ਹਾਂ ਦੀਆਂ ਜ਼ਹਿਰ ਹਨ ਜੋ ਕਿ ਦਾਣਿਆਂ 'ਤੇ ਮਾੜਾ ਪ੍ਰਭਾਵ ਪਾਉਣਗੀਆਂ। ਜਦੋਂ ਆਪਾਂ ਇਹ ਦਾਣੇ ਜਾਂ ਫਿਰ ਕੋਈ ਵੀ ਦਾਣਿਆਂ ਤੋਂ ਬਣੇ ਹੋਏ ਪ੍ਰੋਡਕਟ ਖਾਣਗੇ ਤਾਂ ਉਸ ਨਾਲ ਵੱਖ ਵੱਖ ਬਿਮਾਰੀਆਂ ਲੱਗਣਗੀਆਂ। ਇਸ ਕਰਕੇ ਕਿਸਾਨ ਵੀਰੋ ਮੇਰੇ ਦੱਸੇ ਹੋਏ ਕੀਟਨਾਸ਼ਕ ਹੀ ਵਰਤਣੇ। ਇੱਕ ਗੱਲ ਹੋਰ ਕਿਸਾਨ ਵੀਰੋ, ਅਗਰ ਤੁਸੀਂ ਪਹਿਲਾਂ ਸਪਰੇਅ ਕਰਨੀ ਹੈ ਤਾਂ ਤੁਸੀਂ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹੋ। ਇਹ ਲੱਸੀ ਘੱਟੋ ਘੱਟ 15 ਦਿਨ ਪੁਰਾਣੀ ਹੋਣੀ ਚਾਹੀਦੀ ਹੈ, ਜਿਸ ਦੀ ਮਾਤਰਾ ਤੁਸੀਂ ਨੇ 6 ਲੀਟਰ ਪ੍ਰਤੀ ਏਕੜ ਵਰਤਣੀ ਹੈ।
ਅਗਰ ਲੱਸੀ ਜ਼ਿਆਦਾ ਪੁਰਾਣੀ ਹੈ ਤਾਂ ਤੁਸੀਂ ਘੱਟ ਮਾਤਰਾ ਵੀ ਵਰਤ ਸਕਦੇ ਹੋ। ਖੱਟੀ ਲੱਸੀ ਇੱਕ ਬਹੁਤ ਹੀ ਵਧੀਆ ਉੱਲੀ ਨਾਸ਼ਕ ਹੈ। ਉੱਲੀ ਨਾਸ਼ਕ ਦੇ ਨਾਲ ਨਾਲ ਇਹ ਕੀਟਨਾਸ਼ਕ ਦਾ ਵੀ ਕੰਮ ਕਰਦੀ ਹੈ। ਇੱਕ ਗੱਲ ਕਿਸਾਨ ਵੀਰੋ ਹੋਰ, ਜਿਹੜੀ ਤੁਸੀਂ ਆਹ ਕਾਲੀ ਸੁੰਡੀ ਦੇਖ ਰਹੇ ਹੋ, ਇਹ ਕਿਸਾਨਾਂ ਦੀ ਮਿੱਤਰ ਨਹੀਂ ਹੈ। ਇਸ ਦਾ ਮੂੰਹ ਹੈ ਜੋ ਮੂਹਰੇ ਤੋਂ ਗੋਲ ਹੈ। ਇਹ ਸੁੰਡੀ ਪੱਤਾ, ਤਣਾ ਅਤੇ ਦਾਣੇ ਨੂੰ ਖਾਂਦੀ ਹੈ। ਇਹਨਾਂ ਨੂੰ ਆਰਮੀ ਬੌਂਬ ਵੀ ਕਿਹਾ ਜਾਂਦਾ ਹੈ। ਇਸ ਦੇ ਲਈ ਵੀ ਤੁਸੀਂ ਨੇ ਇੱਕ ਅਲਕਸ 800 ml ਪ੍ਰਤੀ ਏਕੜ ਦੀ ਸਪਰੇਅ ਕਰਨੀ ਹੈ। ਦੋਵੇਂ ਕਾਲੀ ਸੁੰਡੀਆਂ 'ਚ ਫਰਕ ਤੁਸੀਂ ਇਹਨਾਂ ਦੇ ਮੂੰਹ ਅਤੇ ਇਹਨਾਂ ਦੀਆਂ ਲੱਤਾਂ ਤੋਂ ਕਰ ਸਕਦੇ ਹੋ। ਠੀਕ ਹੈ ਕਿਸਾਨ ਵੀਰੋ, ਅਗਰ ਤੁਹਾਡਾ ਕੋਈ ਪ੍ਰਸ਼ਨ ਜਾਂ ਫਿਰ ਕੋਈ ਸੁਝਾਅ ਹੋਵੇ ਤਾਂ ਕਮੈਂਟ ਵਿੱਚ ਜ਼ਰੂਰ ਦੱਸਣਾ। ਮੇਰੀ ਕੋਸ਼ਿਸ਼ ਹੋਵੇਗੀ ਕਿ ਜਲਦੀ ਤੋਂ ਜਲਦੀ ਉਸਦਾ ਜਵਾਬ ਦਿੱਤਾ ਜਾਵੇ। ਠੀਕ ਹੈ ਕਿਸਾਨ ਵੀਰੋ, ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਅਤੇ ਚੈਨਲ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। ਓਕੇ ਜੀ, ਸਤਿ ਸ਼੍ਰੀ ਅਕਾਲ।